ਪਿਆ ਝੋਨੇ ਦੇ ਉੱਤੇ ਫੁੱਟ ਫੁੱਟ ਪਾਣੀ ਆ ਇਧਰ ਲਾਗਾ ਤਾਰੀ ਆ ਤਾਰੀ ਅੰਦਰ ਬਹੁਤ ਜ਼ਿਆਦਾ ਨੁਕਸਾਨ ਆ ਪਿੰਡ ਆਦੀਆਂ ਚ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਆਣ ਕੇ ਇਹਨਾਂ ਦੀ ਸਾਲ ਲੈ ਰਿਹਾ ਦਰਾਂਗਲਾ ਸਾਈਡ ਦਰਾਂਗਲਾ ਸਾਈਡ ਆ ਦਰਾਂਗਲਾ ਸਾਈਡ ਕਾਨੂੰਗੇ ਦਰਾਂਗਲਾ सारे वेखो पानी पानी है पूरा चिट च तैन होया किसान वीर कट्ठे होए ने मैं अठ दिन हो गए ने कोई प्रशासन का अधिकारी नहीं पहुंचे इत्थे किसान वीर जिहड़े ने बहुत दुखी ने पानी छिड़क दे उत्तों दी वगण डिया किसानां च बहुत रोस आ प्रशासन के खिलाफ भी प्रशासन का कोई अधिकारी नहीं ते किसान मजदूर संघर्ष कमेटी की कोर कमेटी की मीटिंग हुई है उन्होंने फसल के बिच वड़ के पानी च सारा दसन दे बोलो तुम भी दसो बोलो चलो हो गान चलो चुप करे ना थोड़ा जे ना वीडियो बना लगे वीडियो बन रही है ए जी पिंड आदियां दे तुसी पार तो तुसी पार वाला इलाका क्या देख सकते हो तुसी सामने झोना जो बिलकुल डुब चुकिया गल के मिंजरा जो है पानी दे विच डुबियां ने ए खाली झोने दी फसल नहीं डुबी इन्हां किसानां दे 6 महीने दी मेहनत ते फसल दे उत्ते कीता खर्चा वो भी सारा डुब चुकिया इन्हां ने अपने जो बच्चों पढ़ाने वास्ते फीसां तारनियां ही किसी ने माँ बाप का इलाज करवाना किसी ने धी भैन का विआह कराना वो सारे अरमान भी डुब चुके ने ते हुण तक ना जिले का डिप्टी कमिश्नर ना हलके का विधायक ना पंजाब सरकार वालों कोई भी मंत्री आके इस इलाके की सार लई है ते असी इस वीडियो राही किसान मजदूर संघर्ष कमेटी वालों ये बेनती करते हैं कि इस इलाके दे विच आके भेजो। असी गुरदासपुर दरंगला
ਜਿੱਥੋਂ ਦੇ ਇਹ ਕਿਸਾਨ ਅੱਜ ਇੱਥੇ ਇਕੱਠੇ ਹੋਏ ਨੇ, ਇਹ ਤੁਸੀਂ ਦੇ ਨਾਲ ਨਾਲ ਜਿਹੜਾ ਇੱਕ ਨਾਲਾ ਪੈਂਦਾ ਵਾ ਜਿਹਦੀ ਬਿਲਕੁਲ ਨਿਕਾਸੀ ਨਹੀਂ ਹੁੰਦੀ, ਜਿਹਦੇ ਕਾਰਨ ਬਰਸਾਤ ਦਾ ਪਾਣੀ ਇੰਨਾ ਕੁ ਇਕੱਠਾ ਹੋ ਜਾਂਦਾ ਵਾ ਕਿ ਜਿੰਨੀ ਫਸਲ ਆ ਉਹ ਲਾਗੇ ਲਾਗੇ ਬਰਬਾਦ ਹੋ ਜਾਂਦੀ ਆ। ਇਸ ਕਿਸਾਨ ਸੰਘਰਸ਼ ਕਮੇਟੀ ਇਹ ਸਰਕਾਰਾਂ ਕੋਲ ਇਹ ਮੰਗ ਕਰਦੀ ਆ ਕਿ ਇੱਕ ਤਾਂ ਜਿਹੜਾ ਨਾਲਾ ਵਾ ਉਹ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ, ਦੂਜਾ 22 ਤੋਂ 23 ਦੇ ਵਿੱਚ ਜਿਹੜੀ ਬਰਸਾਤ ਇੰਨੀ ਜ਼ਿਆਦਾ ਹੋਈ ਆ ਕਿ ਇਹਨਾਂ ਦੀਆਂ ਫਸਲਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ, ਜਿੱਥੇ ਪ੍ਰਸ਼ਾਸਨ ਨੇ ਇਹਨਾਂ ਕੋਲ ਬਿਲਕੁਲ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਨਾ ਕਿਸੇ ਸਰਕਾਰ ਦਾ ਬੰਦਾ ਪਹੁੰਚਿਆ। ਵੋਟਾਂ ਲੈਣ ਲਈ ਤਾਂ ਦਿਨ ਰਾਤ ਇੱਕ ਕਰ ਦਿੰਦੇ ਨੇ, ਪਰ ਜਦੋਂ ਇਹ ਵੋਟਾਂ ਲੈ ਲੈਂਦੇ ਨੇ ਸਰਕਾਰਾਂ, ਪਰ ਫਿਰ ਇਹਨਾਂ ਦਾ ਕਿਸਾਨਾਂ ਦਾ ਕੋਈ ਵੀ ਇਹਨਾਂ ਦਾ ਸਾਰ ਨਹੀਂ ਲੈਂਦਾ ਅਤੇ ਨਾ ਇਹਨਾਂ ਨੂੰ ਕੋਈ ਪੁੱਛਦਾ। ਮੈਂ ਅੱਜ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦਾ ਵੀ ਇਹ ਉੱਥੇ ਰਹਿ ਕੇ ਇਸ ਵੇਲੇ ਕਿੰਨੇ ਪਰੇਸ਼ਾਨ ਨੇ ਕਿ ਕਿੰਨਾ ਕੁ ਪਾਣੀ ਦਾ ਜਿਹੜਾ ਉਹਨਾਂ ਨੇ ਬਰਬਾਦੀ ਪਾਣੀ ਨੇ ਕੀਤੀ ਹੈ ਇਹਨਾਂ ਦੀ, ਇਹ ਤੁਹਾਨੂੰ ਆਪ ਦੱਸਣਾ ਸਿੰਘ ਹੈ ਜੀ। ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਮਤਲਬ ਸਕੱਤਰ ਹਾਂ। ਜਿਹੜੀ 22 ਅਤੇ 23 ਤਰੀਕ ਦੇ ਦਰਮਿਆਨ ਜਿਹੜੀ ਬਾਰਿਸ਼ ਪਈ ਹੈ, ਇਹਦੇ ਨਾਲ ਸਾਡੇ ਇਲਾਕੇ ਦੇ ਵਿੱਚ 2 ਨਾਲੇ ਪੈਂਦੇ ਨੇ, ਇੱਕ ਤਾਂ ਨਾਲਾ ਨੋਮਣੀ ਪੈਂਦਾ, ਇੱਕ ਨਾਲਾ ਕਿਰਨ ਪੈਂਦਾ। ਇਹਨਾਂ ਦੋਵਾਂ ਨਾਲਿਆਂ ਦੀ ਅੱਜ ਤੱਕ ਜਿਉਂ ਤੋਂ ਸਾਡੀ ਹੋਸ਼ ਹੋਈ ਹੈ, ਅੱਜ ਤੱਕ ਕਿਸੇ ਸਰਕਾਰ ਨੇ ਜਾਂ ਕਿਸੇ ਪ੍ਰਸ਼ਾਸਨ ਨੇ ਕਿਸੇ ਮਤਲਬ ਡਰੇਨ ਵਿਭਾਗ ਵਾਲਿਆਂ ਨੇ ਅੱਜ ਤੱਕ ਨਾ ਸਫਾਈ ਕਰਾਈ, ਨਾ ਹੀ ਇਹਨੂੰ ਮਤਲਬ ਕੋਈ ਸਿੱਧਾ ਕਰਾਇਆ। ਅਤੇ ਕਈ ਵਾਰੀ ਪ੍ਰਸ਼ਾਸਨ ਨੂੰ ਇਹਨਾਂ ਸੰਬੰਧੀ ਮਤਲਬ ਮਿਲ ਕੇ ਮੰਗ ਪੱਤਰ ਵੀ ਦੇ ਚੁੱਕੇ ਹਾਂ, ਔਰ ਇੱਥੋਂ ਤੱਕ ਕਿ ਇਸ ਵਾਰ ਵੀ ਨਹਿਰ ਮਹਿਕਮੇ ਦੇ ਐਕਸਿਨ ਸਾਹਿਬ ਨੂੰ ਮਤਲਬ ਅਸੀਂ ਮਿਲ ਕੇ ਅਤੇ ਇਹਦੇ ਇਹ ਜਿਹੜੀ ਇਹਦੀ ਸਮੱਸਿਆ ਆ ਇਹਦੇ ਬਾਰੇ ਜਾਣੂ ਕਰਵਾਇਆ ਸੀਗਾ ਉਹਨਾਂ ਨੇ, ਪਰ ਲੇਕਿਨ ਉਹਨਾਂ ਨੇ ਵੀ ਮਤਲਬ ਬਜਟ ਨਾ ਹੋਣ ਦਾ ਜਿਹੜਾ ਰੋਣਾ ਰੋ ਕੇ ਅਤੇ ਇਸ ਮਾਮਲੇ ਤੋਂ ਪਤਾ ਝਾੜ ਲਿਆ। ਜਦੋਂ ਕਿ ਜਿਹੜਾ ਹੁਣ ਬਰਸਾਤੀ ਪਾਣੀ ਆਇਆ ਇਹਦੇ ਨਾਲ ਇਹਦੇ ਵਿੱਚ ਅਗਲੇ ਪਾਸੇ ਜੜੀ ਇੰਨੀ ਕੁ ਹੋ ਚੁੱਕੀ ਹੈ ਕਿ ਪਾਣੀ ਲੰਘਣਾ ਤਾਂ ਕਿਤੇ ਰਿਹਾ, ਪਾਣੀ ਸਾਰਾ ਦਾ ਸਾਰਾ ਜਿਹੜਾ ਬਾਹਰ ਵਗ ਰਿਹਾ। ਜਿਹੜੀ ਅਸਲੀ ਨੋਮਣੀ ਹੈ ਉਹਦੇ ਵਿੱਚ ਨਾ ਪਾਣੀ ਜਾ ਰਿਹਾ ਅਤੇ ਨਾ ਹੀ ਮਤਲਬ ਵੀ ਕੁਛ ਉਹਦੇ ਵਿੱਚ ਸਵਾਏ ਜੜੀ ਅਤੇ ਹੋਰ ਕੁਛ ਨਹੀਂ ਹੈਗਾ। ਅਤੇ ਸਾਡੀ ਅਸੀਂ ਪ੍ਰਸ਼ਾਸਨ ਨੂੰ ਵਾਰ ਵਾਰ ਇਹ ਬੇਨਤੀ ਕਰਨ ਦੇ ਬਾਵਜੂਦ ਵੀ ਇਹਦੀ ਸਫਾਈ ਕਰਾਈ ਜਾਵੇ, ਲੇਕਿਨ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਜਿਹਦਾ ਸਿੱਟਾ ਜਿਹੜਾ ਅੱਜ 1000 ਏਕੜ ਜਿਹੜੀ ਜ਼ਮੀਨ ਹੈ ਉਹ ਫਸਲ ਜਿਹੜੀ ਝੋਨੇ ਦੀ ਉਹ ਬਰਬਾਦ ਹੋ ਚੁੱਕੀ ਹੈ। ਇਸ ਇਹਨਾਂ ਨਾਲਿਆਂ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਅਤੇ ਮਤਲਬ ਕਮਾਲਪੁਰ ਤੱਕ ਜਿਹੜੇ ਏਰੀਆ ਜਾਂ ਕਹਿ ਲਈਏ ਵੀ ਕਲਾਨੌਰ ਸਾਈਡ ਦਾ ਜਿਹੜਾ ਇਹਨਾਂ ਨਾਲਿਆਂ ਦੇ ਵਿੱਚ ਪਾਣੀ ਪੈਂਦਾ, ਔਰ ਉਹ ਇਹ ਪਾਣੀ ਇੰਨਾ ਕੁ ਇਕੱਠਾ ਹੋ ਜਾਂਦਾ ਕਿ ਗਾਂਹ ਜਾ ਕੇ ਇੰਨੀ ਕੁ ਬਰਬਾਦੀ ਕਰਤਾ ਵੀ ਜਿਹਦਾ ਹਿਸਾਬ ਕੋਈ ਨਹੀਂ। ਇਸ ਸੰਬੰਧ ਵਿੱਚ ਅੱਜ ਅਸੀਂ DC ਸਾਹਿਬ ਨੂੰ ਮਤਲਬ ਇਸ ਸੰਬੰਧੀ ਮੰਗ ਪੱਤਰ ਦਿੱਤਾ। DC ਸਾਹਿਬ ਨੇ ਇਹਦੇ 'ਤੇ ਇੰਨੀ ਕੁ ਉਹਨਾਂ ਨੇ ਵੀ ਇਸ ਗੱਲੋਂ ਇੰਨਾ ਕੁ ਪੱਲਾ ਝਾੜ ਲਿਆ ਵੀ ਸਪੈਸ਼ਲ ਗਰਦੌਰੀ ਦਾ ਜਿਹੜਾ ਮਤਲਬ ਵੀ ਜਿਹੜਾ ਉਹ ਸਰਕਾਰ ਵੱਲੋਂ ਅਨਾਊਂਸ ਹੋ ਚੁੱਕਾ ਇਹ ਗਰਦੌਰੀ ਹੋ ਜੂਗੀ। ਅਤੇ ਜਿਹੜਾ ਮਤਲਬ ਵੀ ਸਫਾਈ ਦਾ ਇਹ ਆਲਰੇਡੀ ਸਾਡੇ ਨੋਟਸ ਵਿੱਚ ਹੈ, ਅਸੀਂ ਮਤਲਬ ਕਿਹਾ ਹੋਇਆ ਇਹ ਪ੍ਰਸ਼ਾਸਨ ਦੀਆਂ ਜਿਹੜੀਆਂ ਮਤਲਬ ਵੀ ਟਾਲਮ ਟੋਲ ਵਾਲੀਆਂ ਜਿਹੜੀਆਂ ਨੀਤੀਆਂ ਉਹ ਹੀ ਮਤਲਬ ਵੀ ਜਿਹੜੀਆਂ ਲਾਗੂ ਚਲਾ ਰਹੇ ਨੇ। ਨਾ ਕਿਸੇ ਨੇ ਅੱਜ ਤੱਕ ਕੀਤੀ ਹੈ ਸਫਾਈ ਇਹਦੀ ਅਤੇ ਨਾ ਗਾਂਹ ਆਉਣ ਵਾਲੇ ਸਮੇਂ 'ਚ ਕਰਨੀ, ਸਮਾਂ ਲੰਘ ਜਾਣਾ ਅਤੇ ਫਿਰ ਬਸ ਮਤਲਬ ਆਪੋ ਆਪਣੇ ਥਾਂ ਸਾਰਿਆਂ ਨੇ ਬਹਿ ਜਾਣਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਜਿਉਂ ਦੀਆਂ ਤਿਉਂ ਉੱਥੇ ਦੀਆਂ ਉੱਥੇ ਖੜੀਆਂ ਰਹਿ ਜਾਣੀਆਂ ਨੇ। ਅਤੇ ਜਿਹੜੇ ਇੱਥੋਂ ਤੱਕ ਵੀ ਆ ਕਿ ਸਾਡੇ ਜਿਹੜੇ ਮਤਲਬ ਨੁਮਾਇੰਦੇ ਨੇ, ਮੰਤਰੀ ਨੇ ਜਾਂ MLA ਨੇ, ਉਹਨਾਂ ਨੂੰ ਵੀ ਸਾਡੀਆਂ ਵੋਟਾਂ ਦੇ ਨਾਲ ਹੋਰ ਕੁਛ ਨਹੀਂ ਲੱਭਦਾ, ਸਿਰਫ ਉਸ ਟਾਈਮ ਦੇ ਉੱਤੇ ਆਉਂਦੇ ਨੇ ਜਦੋਂ ਵੋਟਾਂ ਲੈਣੀਆਂ ਨੇ। ਅੱਜ ਮਤਲਬ ਜੇ ਕਿਸਾਨ ਅੱਜ ਦੁੱਖ ਦੀ ਘੜੀ ਦੇ ਵਿੱਚ ਮਤਲਬ ਵੀ ਖੜ੍ਹਾ ਆ ਅਤੇ ਨਾ ਕਿਸੇ ਪ੍ਰਸ਼ਾਸਨ ਨੇ, ਨਾ ਕਿਸੇ MLA ਨੇ, ਨਾ ਕਿਸੇ ਮਤਲਬ ਮੰਤਰੀ ਨੇ ਇਹਨਾਂ ਲੋਕਾਂ ਦੀ ਸਾਰ ਲਈ ਆ, ਸਗੋਂ ਉਲਟਾ ਇਹ ਆ ਵੀ ਮਤਲਬ ਜਿਹੜੇ ਗੰਨਾ ਕਿਸਾਨ ਮਤਲਬ ਤਕਰੀਬਨ ਜ਼ਿਆਦਾ ਬੈਲਟ ਗੰਨੇ ਵਾਲੀ ਹੈ ਅਤੇ ਗੰਨਾ ਕਿਸਾਨਾਂ ਦਾ ਅਜੇ ਤਾਣੀ ਬਕਾਇਆ ਜਿਹੜਾ ਕਿਸੇ ਮਿਲ ਨੇ ਨਹੀਂ ਦਿੱਤਾ। ਅਸੀਂ ਇਸ ਸੰਬੰਧ ਵਿੱਚ ਵੀ ਮਤਲਬ ਜਿਹੜਾ ਮੰਗ ਪੱਤਰ ਦੇ ਕੇ ਆਇਆ ਕਿ ਕਿਸਾਨਾਂ ਦਾ ਪੂਰਾ ਮੁਆਵਜ਼ਾ ਜਿਹੜਾ ਮਤਲਬ ਪੈਸਾ ਜਿਹੜਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ। ਮੈਂ ਨਿਰਮਲ ਸਿੰਘ ਆਦੀਆਂ, ਜ਼ਿਲ੍ਹਾ ਗੁਰਦਾਸਪੁਰ, ਵਾਈਸ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ। ਅਸੀਂ ਬੇਨਤੀ ਕਰਨ ਆਏ ਹਾਂ ਪ੍ਰਸ਼ਾਸਨ ਨੂੰ ਵੀ ਸਾਨੂੰ 2 ਮਾਰਾਂ ਪੈਂਦੀਆਂ ਨੇ, ਇੱਕ ਧੁੱਸੀ ਤੋਂ ਪਾਰ ਜਿਹੜੀ ਅਸੀਂ ਬੋਲਦੇ ਹਾਂ ਨੂਮਣੀ, ਅਤੇ ਜਿਹੜੀ ਇੱਕ ਇੱਧਰਲੇ ਪਾਸੇ ਧੁੱਸੀ ਤੋਂ ਉਹਨੂੰ ਕਿਰਨ ਬੋਲਦੇ ਹਾਂ। ਸਾਡੀਆਂ ਦੋਵੇਂ ਪਾਸੇ ਫਸਲਾਂ ਜਿਹੜੀਆਂ ਮਰ ਗਈਆਂ ਨੇ 100%, ਅਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ GPS ਅਸੀਂ ਗਰਦੌਰੀ ਹੋਵੇ, ਜਿਹੜੀਆਂ ਲਾਗੇ ਲਾਗੇ ਨੇ ਉਹ 100% ਮਰ ਗਈਆਂ ਨੇ, ਜਿਹੜੀਆਂ ਹਟ ਗਈਆਂ ਥੋੜ੍ਹੀਆਂ ਉਹ 50% ਮਰ ਗਈਆਂ ਨੇ। ਜਿਨ੍ਹਾਂ ਦੇ ਮਰੇ ਨੇ ਉਹਨਾਂ ਨੂੰ ਮੁਆਵਜ਼ਾ ਮਿਲਦਾ ਨਹੀਂ, ਅਤੇ ਜਿਨ੍ਹਾਂ ਦੀਆਂ ਚੰਗੀਆਂ ਨੇ ਉਹਨਾਂ ਨੂੰ ਮੁਆਵਜ਼ਾ ਮਿਲ ਜਾਂਦਾ। ਅਸੀਂ ਕਹਿੰਦਾ ਹੱਕ ਹੋਏ ਅਤੇ ਜਿਹੜਾ ਮੁਆਵਜ਼ਾ ਜਿਹੜਾ ਸਹੀ ਦਵਾਇਆ ਜਾਵੇ। ਦੂਸਰਾ, ਜਿਹੜੀ ਨੋਮਣੀ ਆ ਉਹਦੀ 25 ਕਰੂ ਚੜਾਈ ਆ, ਅਤੇ ਇਸ ਟਾਈਮ ਜਿਹੜੀ ਪ੍ਰੈਕਟੀਕਲ ਵਗਣ ਡਈ ਆ ਸਿਰਫ ਉਹ 10 ਕਰੂ ਦੇ ਅੰਦਰ ਵਗਣ ਡਈ ਆ, 8 ਅਤੇ 10 ਕਰੂ ਦੇ ਵਿੱਚ। ਜੇ ਪ੍ਰਸ਼ਾਸਨ ਜਿਹੜਾ ਆਪਾਂ ਮੰਗਣ ਡਿਆ ਉਹਨਾਂ ਕੋਲ ਮੁਆਵਜ਼ੇ ਦਾ ਪੈਸਾ ਮੰਗਣਾ, ਜੇ ਉਹ ਪੈਸਾ ਉਹ 'ਚ ਨੋਮਣੀ ਦੇ ਵਿੱਚ ਲਾਇਆ ਜਾਵੇ
तो वो जरा जी फसल हड्डिया पूरी हो जाए जरा मीह पीता नाल नाल पानी लंघ जाए तो जरा पैसा जरा सही थाम लग जाए तो फसल जसान दियाँ ना मरन। वाहगुरु जी का खालसा वाहगुरू जी की फतह। एक किसान संघर्ष कमेटी दड़िया मंगा ने बिल्कुल जायज़ ने। मैं उस इलाके का पूरा जायजा लिया तो और वाकई ही पता लगता है कि फसलों की बर्बादी किस तरह हुई है और किदा पानी जड़ा वा वो फसल को मारदा है। पानी जड़ा वा नाले तो बाहर हो जाता क्योंकि नाले की जड़ा दायरा बहुत छोटा हो चुका क्योंकि उसकी मुक्तां तो सफाई नहीं हुई ना सफाई होने करके जो पानी जड़ा वा वो नहर के विच जड़ा वो नहीं चलता। तो इस करके असी सरकार अगे मंग करते हैं कि इन्हों जड़ा बनता मुआवजा दिता जाए। ट्रू फोकस के नाल विजय कुमार कैमरामैन संदीप।